ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰੇ ਚੈਨਲ 'ਤੇ ਆਪਣਾ ਬਹੁਤ ਬਹੁਤ ਸਵਾਗਤ ਆ। ਜੋ ਕਿ ਤੁਹਾਨੂੰ ਅਸੀਂ ਅੱਜ ਆਹ ਵਾਲਾ ਡਿਜ਼ਾਇਨ ਬਣਾ ਕੇ ਦੱਸਾਂਗੇ, ਜੋ ਕਿ ਮੇਰੀ ਇੱਕ ਭੈਣ ਨੇ ਬਹੁਤ ਹੀ ਜ਼ਿਆਦਾ ਕਮੈਂਟ ਕੀਤੇ ਆ ਵੀ ਇਹ ਵਾਲੀ ਵੀਡੀਓ ਬਣਾ ਕੇ ਦੱਸੋ ਸਾਨੂੰ ਡਿਜ਼ਾਇਨ, ਅਤੇ ਆਪਣਾ ਟਾਈਮ ਨਹੀਂ ਸੀ ਲੱਗਦਾ, ਥੋੜ੍ਹੇ ਜਿਹੇ ਬਿਜ਼ੀ ਸੀ, ਅਤੇ ਇਸ ਕਰਕੇ ਹੁਣ ਆਪਾਂ ਇਹ ਬਣਾ ਕੇ ਦੱਸਣ ਲੱਗੇ ਹਾਂ। ਆਪਣੀ ਭੈਣ ਦੀ ਫਰਮਾਇਸ਼ ਪੂਰੀ ਕਰਨ ਲੱਗੇ ਹਾਂ ਅਤੇ ਆਪਾਂ ਤੁਹਾਨੂੰ ਇਹ ਬਣਾ ਕੇ ਦੱਸਾਂਗੇ। ਦੋ ਰੰਗ ਦਾ ਡਿਜ਼ਾਇਨ, ਬਹੁਤ ਪਿਆਰੀ ਕੋਟੀ ਬਣਦੀ ਹੈ, ਜਿਵੇਂ ਕਿ ਮੈਂ ਇਹ ਆਪਣੀ ਕੋਟੀ ਬਣਾਈ ਹਾਂ ਅਤੇ ਆਪਾਂ ਤੁਹਾਨੂੰ ਬਣਾ ਕੇ ਦੱਸਾਂਗੇ। ਆਪਾਂ ਇੱਥੋਂ ਸ਼ੁਰੂ ਕਰਾਂਗੇ, ਜਿਵੇਂ ਕਿ ਆਪਾਂ ਕੁੰਡੇ ਪਾਏ ਆ, ਪਾਏ ਪੁੱਠੀ ਸਿੱਧੀ ਸਿਲਾਈ ਇੱਕ ਚੜ੍ਹਾਈ ਆ। ਆਪਾਂ ਇੱਥੇ ਵੀ ਕੋਈ ਡਿਜ਼ਾਇਨ ਬਾਰਡਰ ਨਹੀਂ ਬਣਾਇਆ, ਸਿਰਫ ਇਸੇ ਤਰ੍ਹਾਂ ਹੀ ਕੁੰਡੇ ਪਾ ਕੇ ਇੱਕ ਸਿਲਾਈ ਪੁੱਠੀ ਸਿੱਧੀ ਚੜ੍ਹਾ ਕੇ ਉੱਪਰ ਡਿਜ਼ਾਇਨ ਸ਼ੁਰੂ ਕਰਤਾ ਵਾ, ਕਿਉਂਕਿ ਇਸ ਤਰ੍ਹਾਂ ਬਹੁਤ ਵਧੀਆ ਕਟਾਂ ਬਣ ਜਾਂਦੇ, ਆਪੇ ਹੀ ਬਹੁਤ ਵਧੀਆ ਲੱਗਦੇ ਕਟਾਂ ਬਣੇ ਬਾਰਡਰ ਵਾਂਗੂ ਹੀ, ਅਤੇ ਇਸ ਕਰਕੇ ਆਪਾਂ ਵੀ ਇਸ ਤਰ੍ਹਾਂ ਹੀ ਸ਼ੁਰੂ ਕਰਾਂਗੇ ਅਤੇ ਤੁਹਾਨੂੰ ਦੱਸਦੇ ਬਣਾ ਕੇ। ਪਹਿਲੇ ਕੁੰਡੇ ਨੂੰ ਅਸੀਂ ਇਸੇ ਤਰ੍ਹਾਂ ਲਾਵਾਂਗੇ, ਤਾਂ ਗੈਸ ਸੈੱਟ ਕਰਾਂਗੇ। ਸ਼ੁਰੂ ਤੋਂ ਆਪਾਂ ਜਦੋਂ ਡਿਜ਼ਾਇਨ ਸ਼ੁਰੂ ਕਰਨਾ ਨਾ, ਜਿਸ ਤਰ੍ਹਾਂ ਆਪਾਂ ਇੱਥੋਂ ਡਿਜ਼ਾਇਨ ਸ਼ੁਰੂ ਕਰਨਾ, ਫੱਟੀ ਦੇ ਕੁੰਡੇ ਆਪਾਂ ਬਣਾ ਕੇ 6 ਜੋਟੇ ਅਤੇ ਅੱਗੇ ਇੱਕ ਡਿਜ਼ਾਇਨ ਸ਼ੁਰੂ ਕਰਾਂਗੇ। ਸ਼ੁਰੂ ਤੋਂ ਆਪਾਂ 2 ਦਾ ਇੱਕ ਕੁੰਡਾ ਲਾ ਕੇ ਫਿਰ 2 ਦਾ ਇੱਕ ਬਣਾਵਾਂਗੇ, ਫਿਰ 2 ਦਾ ਇੱਕ ਬਣਾਵਾਂਗੇ, 3 ਵਾਰੀ 2 ਦਾ ਇੱਕ, 2 ਦਾ ਇੱਕ ਬਣਾਵਾਂਗੇ, ਅਤੇ ਆਪਾਂ ਫਿਰ ਧਾਗਾ ਆਪਣੀ ਸਾਈਡ ਕਰਾਂਗੇ। ਆਪਾਂ 6 ਕੁੰਡਿਆਂ ਦੇ 3 ਕੁੰਡੇ ਬਣਾਏ, 2 ਦਾ ਇੱਕ, 2 ਦਾ ਇੱਕ, 2 ਦਾ ਇੱਕ। ਹੁਣ ਆਪਾਂ 6 ਕੁੰਡਿਆਂ ਨੂੰ ਜਾਲੀਆਂ ਪਾਵਾਂਗੇ, ਜਿਸ ਤਰ੍ਹਾਂ ਇੱਕ ਕੁੰਡੇ ਨੂੰ ਜਾਲੀ ਪਾ ਲਈ, 2, 3, 4, 5, 6। ਆਪਣੇ ਇੱਥੇ 3 ਕੁੰਡੇ ਘਟੇ ਸੀ ਨਾ, 3 ਕੁੰਡਿਆਂ ਦੇ ਆਪਾਂ ਇੱਧਰ ਵੱਲ 6 ਵਧਾਏ ਆ, ਇਹ ਆਪਣੇ 12 ਕੁੰਡੇ ਹੋ ਗਏ ਆ। 3, 2, 4, 6, 8, 10, 12, ਕਿਉਂਕਿ 3 ਕੁੰਡੇ ਆਪਣੇ ਇੱਧਰ ਘਟੇ ਸੀ ਅਤੇ 3 ਕੁੰਡੇ ਆਪਣੇ ਇੱਧਰ ਹੈਗੇ, 3 ਆਪਣੇ ਗਾੜੀ ਅੱਗੇ ਆਉਣਗੇ। ਹੁਣ ਗਾੜੀ ਆਪਣਾ ਡਿਜ਼ਾਇਨ ਇਸ ਤਰ੍ਹਾਂ ਆਊਗਾ, 6 ਕੁੰਡਿਆਂ ਦੇ ਆਪਾਂ 3 ਬਣਾਏ, 2 ਦਾ ਇੱਕ, 2 ਦਾ ਇੱਕ, 2 ਦਾ ਇੱਕ, 6 ਕੁੰਡਿਆਂ ਦੇ ਨਾਲ ਆਪਾਂ 6 ਜਾਲੀਆਂ ਪਾਈਆਂ, 1, 2, 3, 4, 5, 6। ਫਿਰ ਧਾਗਾ ਇਸੇ ਸਾਈਡ ਹੀ ਰਹੂਗਾ। ਫਿਰ ਆਪਾਂ ਹੁਣ 6 ਵਾਰੀ 2-2 ਕੁੰਡੇ ਬਣਾਵਾਂਗੇ, 1, 2, 3, 4, 5, 6, ਠੀਕ ਹੈ। ਇੱਥੇ ਆਪਣੇ 6 ਕੁੰਡਿਆਂ ਨਾਲ 6 ਕੁੰਡੇ ਵਧੇ ਸੀ, 3 ਕੁੰਡੇ ਆਪਣੇ ਇੱਧਰ ਘਟੇ ਸੀ, 3 ਹੀ ਹੁਣ ਆਪਣੇ ਇੱਧਰ ਪੂਰੇ ਹੋ ਜਾਣੇ,
ਬਰਾਬਰ। ਫਿਰ ਆਪਾਂ 12 ਕੁੰਡਿਆਂ ਦੇ ਆਪਾਂ 6 ਕੁੰਡੇ ਬਣਾਤੇ, 2 ਦਾ 1, 2 ਦਾ 1, 2 ਦਾ 1। ਫਿਰ ਗਾੜੀ ਅਸੀਂ ਇਸੇ ਤਰ੍ਹਾਂ 6 ਕੁੰਡਿਆਂ ਨੂੰ 40 ਪਾਵਾਂਗੇ, 1, 2, 3, 4, 5, 6, ਠੀਕ ਹੈ। ਅੱਗੇ ਆਪਾਂ ਫਿਰ ਉਸੇ ਤਰ੍ਹਾਂ 2 ਦਾ 1, 2 ਦਾ 1 ਬਣਾਵਾਂਗੇ। ਉਲਟੀ ਸਿਲਾਈ ਆਪਣੀ ਉਲਟੀ ਚੜੂਗੀ, ਜਿਹੜੇ ਆਪਾਂ ਜਾਲੀਆਂ ਪਾਈਆਂ ਉਹਨਾਂ ਨੂੰ ਵੀ ਧਿਆਨ ਨਾਲ ਬਣਾਵਾਂਗੇ ਕੁੰਡੇ। ਇਹ ਪੂਰੀ ਸਿਲਾਈ ਆਪਣੀ ਇਸੇ ਤਰ੍ਹਾਂ ਉਲਟੀ ਬਣੂਗੀ। ਬੜਾ ਸੌਖਾ ਡਿਜ਼ਾਇਨ ਹੈ, ਬਣਾ ਕੇ ਜ਼ਰੂਰ ਵੇਖਿਓ, ਕਿਉਂਕਿ ਜਦੋਂ ਬਣਦਾ ਜਾਊਗਾ ਉੱਪਰ ਉੱਪਰ ਬਹੁਤ ਸੋਹਣਾ ਲੱਗੂਗਾ। ਇਹ ਆਪਾਂ ਜੇ ਸ਼ੁਰੂ ਕੀਤਾ ਵਾ ਤਾਂ ਕਰਕੇ ਉਲਟੀ ਸਿਲਾਈ ਨੂੰ ਆਪਾਂ ਪੂਰੀ ਇਸੇ ਤਰ੍ਹਾਂ ਕੰਪਲੀਟ ਕਰਾਂਗੇ। ਆਪਣੀ ਸਿਲਾਈ ਪੂਰੀ ਹੋ ਗਈ, ਆਪਣੀ ਦੂਜੀ ਸਿਲਾਈ ਆ ਕਿਹੜੀ ਜਾਣ ਦੀ। ਇਹ ਅਸੀਂ ਇਸ ਤਰ੍ਹਾਂ ਇਹਦੇ ਵਿੱਚੋਂ ਕੁਛ ਨਹੀਂ ਕਰਾਂਗੇ, ਇੱਕ ਸਿਲਾਈ 'ਚ ਡਿਜ਼ਾਇਨ ਆਪਣਾ ਬਣੂਗਾ, ਇਹਨੂੰ ਵੀ ਆਪਾਂ ਪੂਰੀ ਉਲਟੀ ਬਣਾਵਾਂਗੇ ਇਸ ਤਰ੍ਹਾਂ। ਆਪਾਂ ਸਿੱਧੇ ਬੰਨਿਆਂ ਵੀ ਪੂਰੀ ਉਲਟੀ ਸਿਲਾਈ ਬਣਾਈ ਹੈ। ਹੁਣ ਪੁੱਠੀ ਸਿਲਾਈ ਆਪਾਂ ਆ ਗਏ ਹਾਂ, ਪੁੱਠੀ ਸਿਲਾਈ ਆਪਾਂ ਦੂਸਰਾ ਕਲਰ ਲਾਵਾਂਗੇ, ਜਿਵੇਂ ਜਦੋਂ ਵੀ ਆਪਾਂ ਦੂਜਾ ਰੰਗ ਲਾਵਾਂਗੇ ਨਾ ਪੁੱਠੀ ਸਾਈਡ ਤੋਂ ਹੀ ਲਾਵਾਂਗੇ ਇਸ ਤਰ੍ਹਾਂ। ਸਿੱਧੀ ਸਾਈਡ ਤੋਂ ਨਹੀਂ ਲਾਵਾਂਗੇ, ਇਹ ਪੂਰੀ ਸਿਲਾਈ ਇਸੇ ਤਰ੍ਹਾਂ ਪੁੱਠੀ ਬਣਾਵਾਂਗੇ ਦੂਸਰਾ ਕਲਰ ਲਾ ਕੇ। ਡਿਜ਼ਾਇਨ ਆਪਣਾ ਇੰਨਾ ਹੀ ਹੈ ਜਿੰਨਾ ਮੈਂ ਤੁਹਾਨੂੰ ਦੱਸਿਆ, ਉੱਤੇ ਫਿਰ ਇਸੇ ਤਰ੍ਹਾਂ ਆਪਾਂ ਤੁਹਾਨੂੰ ਬਣਾ ਕੇ ਦੱਸਦੇ ਹਾਂ, ਇਸੇ ਤਰ੍ਹਾਂ ਹੀ ਬਣੂੰਗਾ। ਪੂਰੀ ਸਿਲਾਈ ਨੂੰ ਇਸੇ ਤਰ੍ਹਾਂ ਬਣਾਵਾਂਗੇ, ਜਿਵੇਂ ਜਿਵੇਂ ਉੱਤੇ ਬਣਾਈ ਜਾਵਾਂਗੇ ਬਹੁਤ ਵਧੀਆ ਲੱਗੂਗਾ ਬਣ ਕੇ। ਇਹ ਜੇ ਟੇਢੀਆਂ ਟੇਢੀਆਂ ਲਾਈਨਾਂ ਜਿਹੀਆਂ ਬਣਨਗੀਆਂ। ਸਿੱਧੀ ਸਿਲਾਈ ਆ ਗਈ, ਸਿੱਧੀ ਸਿਲਾਈ ਫਿਰ ਅਸੀਂ ਉਸੇ ਤਰ੍ਹਾਂ ਹੀ ਬਣਾਵਾਂਗੇ ਜਿਵੇਂ ਆਪਾਂ ਪਹਿਲਾਂ ਬਣਾਇਆ ਸੀ। ਪਹਿਲੇ ਕੁੰਡੇ ਨੂੰ ਲਾ ਕੇ ਧਾਗਾ ਇੱਧਰ ਹੀ ਰਹਿਣ ਦਾਂਗੇ, 2 ਦਾ 1 ਬਣਾਵਾਂਗੇ, 1, 2, 3,
ਤਿੰਨਾਂ ਕੁੰਡਿਆਂ ਨੂੰ ਆਪਾਂ ਦੋ ਦੋ ਬਣਾਉਣਾ, ਫਿਰ ਗੜੀ ਆਪਾਂ ਛਿਆਂ ਕੁੰਡਿਆਂ ਨੂੰ ਜਾਲੀ ਪਾਉਣੀ, ਇੱਕ ਦੋ ਤਿੰਨ ਚਾਰ ਪੰਜ ਛੇ। ਫਿਰ ਇਸੇ ਤਰ੍ਹਾਂ ਛੇ ਵਾਰੀ ਬਣਾਵਾਂਗੇ, ਇੱਕ ਦੋ 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 ਕੁੰਡੇ ਬਣਾਵਾਂਗੇ ਛੇ ਵਾਰੀ, ਤਿੰਨ ਬਣ ਗਏ, ਚਾਰ ਪੰਜ ਛੇ। ਗਾੜੀ ਆਪਾਂ ਫਿਰ ਛਿਆਂ ਕੁੰਡਿਆਂ ਨੂੰ ਜਾਲੀ ਪਾ ਕੇ ਬਣਾਵਾਂਗੇ ਇਸੇ ਤਰ੍ਹਾਂ, ਇੱਕ ਦੋ ਧਾਗਾ ਆਪਣੇ ਲਿਆਵਾਂਗੇ, ਫਿਰ ਤਿੰਨ ਫਿਰ ਧਾਗਾ ਆਪਣੇ, ਚਾਰ ਪੰਜ ਛੇ। ਫਿਰ ਅੱਗੇ ਆਪਾਂ ਜਿਹੜੇ ਧਾਗੇ ਦਰੇ ਰਹੂਗਾ ਇਸੇ ਤਰ੍ਹਾਂ ਬਣਾ ਦਾਂਗੇ ਕੁੰਡੇ ਅਗਲੇ। ਪੁੱਠੀ ਸਿਲਾਈ ਜਿਹੜੀ ਆਪਾਂ ਪੂਰੀ ਪੁੱਠੀ ਚੜ੍ਹਾਵਾਂਗੇ, ਇਹਦੇ ਵਿੱਚ ਕੁਛ ਨਹੀਂ ਕਰਾਂਗੇ। ਪੁੱਠੀ ਸਿਲਾਈ ਆਪਣੀ ਚੜ੍ਹ ਗਈ ਅਤੇ ਸਿੱਧੀ ਸਿਲਾਈ ਅਸੀਂ ਇਸੇ ਤਰ੍ਹਾਂ ਹੀ ਆਪਣੇ ਵੱਲ ਨੂੰ ਪੂਰੀ ਉਲਟੀ ਬਣਾਵਾਂਗੇ, ਬਸ ਇਸੇ ਤਰ੍ਹਾਂ। ਇਹ ਆਪਣਾ ਡਿਜ਼ਾਇਨ ਆ, ਇਸੇ ਨੂੰ ਅਸੀਂ ਵਾਰ ਵਾਰ ਇਸੇ ਤਰ੍ਹਾਂ ਰਿਪੀਟ ਕਰਾਂਗੇ ਅਤੇ ਬਣ ਕੇ ਬਹੁਤ ਵਧੀਆ ਆਊਗੀ, ਕਿਉਂਕਿ ਬਹੁਤ ਸੌਖਾ ਡਿਜ਼ਾਇਨ ਆ, ਵੇਖਣ ਨੂੰ ਥੋੜ੍ਹਾ ਜਿਹਾ ਮੁਸ਼ਕਲ ਲੱਗਦਾ। ਜਿੱਦਾਂ ਤੁਸੀਂ ਬਣਾਓਗੇ ਆਸਾਨੀ ਨਾਲ ਬਣਾ ਸਕਦੇ ਜੇ, ਅਤੇ ਜੇ ਤੁਹਾਨੂੰ ਕੋਈ ਦਿੱਕਤ ਆਊਗੀ ਤਾਂ ਦੱਸ ਦਿਓ, ਫਿਰ ਦੱਸ ਦਾਂਗੇ ਤੁਹਾਨੂੰ, ਕੋਈ ਗੱਲ ਨਹੀਂ, ਤੁਹਾਡੀ ਸੇਵਾ ਲਈ ਬੈਠੇ ਹਾਂ। ਪੂਰੀ ਸਿਲਾਈ ਉਲਟੀ ਚੜ੍ਹਾ ਕੇ ਜਦੋਂ ਆਪਾਂ ਧਾਗਾ ਚੇਂਜ ਕਰਨਾ, ਬਸ ਪੁੱਠੀ ਸਾਈਡ ਤੋਂ ਕਰਨਾ ਵਾ, ਵੀ ਆਪਣੀ ਪੁੱਠੀ ਸਾਈਡ ਵੱਲ ਆ ਗਏ। ਬਣ ਕੇ ਉਸੇ ਤਰ੍ਹਾਂ ਦਾ ਆ ਗਿਆ ਡਿਜ਼ਾਇਨ। ਹੁਣ ਆਪਾਂ ਫਿਰ ਧਾਗੇ ਨੂੰ ਚੇਂਜ ਕਰਾਂਗੇ, ਇਹ ਆਪਣੀਆਂ ਚਾਰ ਚਾਰ ਸਿਲਾਈਆਂ ਚੜ੍ਹਨਗੀਆਂ ਅਤੇ ਇਹ ਆਪਣਾ ਡਿਜ਼ਾਇਨ ਆ। ਇਸੇ ਤਰ੍ਹਾਂ ਸ਼ੁਰੂ ਕਰਿਓ ਤੁਸੀਂ, ਜਦੋਂ ਵੀ ਸ਼ੁਰੂ ਕਰਨਾ ਵਾ ਪਹਿਲੇ ਕੁੰਡੇ ਨੂੰ ਲਾ ਕੇ ਦੋ ਦਾ ਇੱਕ ਦੋ ਦਾ ਇੱਕ, ਛਿਆਂ ਕੁੰਡਿਆਂ ਦੇ ਤਿੰਨ ਕੁੰਡੇ ਬਣਾਉਣੇ ਆ, ਛਿਆਂ ਕੁੰਡਿਆਂ ਨੂੰ ਆਪਾਂ ਛੇ ਵਾਰੀ ਜਾਲੀ ਪਾਉਣੀ ਹੈ, ਫਿਰ ਬਾਰ੍ਹਾਂ ਕੁੰਡਿਆਂ ਨੂੰ ਅਸੀਂ ਛੇ ਜੋਟੇ ਬਣਾ ਦੇਣਾ। ਬਸ ਇਸੇ ਤਰ੍ਹਾਂ ਪੂਰੀ ਸਿਲਾਈ ਬਣਾਈ ਜਾਵਾਂਗੇ, ਆਪਣਾ ਡਿਜ਼ਾਇਨ ਬਿਲਕੁਲ ਆ ਵੇਖੋ ਉਸੇ ਤਰ੍ਹਾਂ ਇੱਕ ਟਾਂ ਬਣ ਲੈ ਪਿਆ, ਅਤੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਬਣਾ ਕੇ ਦੱਸਿਆ ਵਾ, ਅਤੇ ਇਸੇ ਤਰ੍ਹਾਂ ਬਣਾਇਓ ਬਿਲਕੁਲ ਇਸ ਤਰ੍ਹਾਂ ਦਾ ਹੀ ਬਣ ਕੇ ਆਊਗਾ, ਤੁਸੀਂ ਵੇਖ ਸਕਦੇ ਜੇ ਉਹੀ ਚੀਜ਼ ਬਣੀ ਹੈ। ਫੱਟੀ ਤੁਸੀਂ ਇੱਕ ਰੰਗ ਦੀ ਵੀ ਬਣਾ ਸਕਦੇ ਇਸ ਤਰ੍ਹਾਂ, ਅਤੇ ਇਸ ਤਰ੍ਹਾਂ ਦਾ ਬਣ ਕੇ ਆਊਗਾ। ਜੇ ਤੁਹਾਨੂੰ ਮੇਰਾ ਡਿਜ਼ਾਇਨ ਵਧੀਆ ਲੱਗਾ, ਵੀਡੀਓ ਨੂੰ ਸ਼ੇਅਰ ਕਰਿਓ, ਸਬਸਕ੍ਰਾਈਬ ਕਰਿਓ, ਬੈੱਲ ਬਟਨ ਜ਼ਰੂਰ ਦਬਾਇਓ, ਵੀਡੀਓ ਨੂੰ ਐਂਡ ਤੱਕ ਵੇਖਿਆ ਕਰੋ। ਥੈਂਕ ਯੂ।